ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਟੀਆ ਤ੍ਰਿੰਜਨ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਵੀਡੀਓ ਵਿੱਚ ਗੱਲ ਕਰਦੇ ਹਾਂ ਥਕਾਵਟ ਜਾਂ ਕਮਜ਼ੋਰੀ ਦੀ। ਜੇ ਤੁਹਾਡੀ ਉਮਰ 15 ਸਾਲ ਤੋਂ ਉੱਪਰ ਹੈ ਤਾਂ ਤੁਸੀਂ ਇਸ ਥਕਾਵਟ ਜਾਂ ਕਮਜ਼ੋਰੀ ਨੂੰ ਆਪਣੇ ਸਰੀਰ ਦੇ ਵਿੱਚ ਕਦੀ ਨਾ ਕਦੀ ਜ਼ਰੂਰ ਮਹਿਸੂਸ ਕੀਤਾ ਹੋਵੇਗਾ, ਤੇ ਜੇ ਨਹੀਂ ਕੀਤਾ ਹੈ ਰੱਬ ਦੇ ਸ਼ੁਕਰ ਗੁਜ਼ਾਰ ਹੋ ਜਾਓ। ਜੇ ਤਾਂ ਤੁਹਾਡੀ ਉਮਰ ਹਜੇ 21-22 ਜਾਂ 30-32-35 ਸਾਲ ਤੱਕ ਦੀ ਹੈ, ਸੋ ਫਿਰ ਤੁਹਾਡੀ ਇਸ ਕਮਜ਼ੋਰੀ ਜਾਂ ਇਸ ਥਕਾਵਟ ਨੂੰ ਆਸਾਨੀ ਨਾਲ ਢੀਠਪਣਾ, ਅਵੇਸਲਾਪਣਾ, ਕੰਮ ਚੋਰੀ ਇਹਨਾਂ ਸਭ ਨਾਵਾਂ ਨਾਲ ਸੱਦਿਆ ਜਾ ਸਕਦਾ ਹੈਗਾ। ਪਰ ਕਈ ਵਾਰੀ ਜੇ ਤੁਹਾਡੀ ਉਮਰ 35 ਤੋਂ ਉੱਪਰ ਹੈ, 40-45 ਜਾਂ ਇਸ ਤੋਂ ਉੱਪਰ ਹੈਗੀ ਹੈ, ਫਿਰ ਤੁਹਾਨੂੰ ਲੱਗਦਾ ਕਿ ਹੁਣ ਬੁਢਾਪਾ ਆ ਗਿਆ ਹੈਗਾ, ਇੰਨੀ ਕੁ ਸਰੀਰ ਦੀ ਟੁੱਟ ਭੱਜ ਹੁੰਦੀ ਹੋਈ ਹੈ, ਚਲੋ ਠੀਕ ਹੈ ਇੰਨੀ ਕੁ ਤਾਂ ਕਮਜ਼ੋਰੀ ਹੁੰਦੀ ਹੋਈ ਹੈ। ਪਰ ਕੀ ਸੱਚੀ ਇਹ ਸਿਰਫ ਇੱਕ ਟੁੱਟ ਭੱਜ ਕਰਕੇ ਹੋ ਰਹੀ ਹੈ ਜਾਂ ਕੀ ਤੁਸੀਂ ਸੱਚੀ ਠੀਕ ਹੋਏ ਹੋਏ ਹੋ? ਕਿਤੇ ਇਹ ਤਾਂ ਨਹੀਂ ਕਿ ਇਹ ਥਕਾਵਟ ਜਾਂ ਕਮਜ਼ੋਰੀ ਕਿਸੇ ਵੱਡੀ ਬਿਮਾਰੀ ਦੀ ਸੂਚਕ ਹੈ? ਸੋ ਅੱਜ ਦੀ ਵੀਡੀਓ ਵਿੱਚ ਇਸੇ ਬਾਰੇ ਗੱਲ ਕਰਾਂਗੇ। ਤੁਸੀਂ ਇਹਨੂੰ ਥਕਾਵਟ ਕਹਿ ਲਵੋ, ਕਮਜ਼ੋਰੀ ਕਹਿ ਲਵੋ, ਜਾਂ ਕਿਸੇ ਕੰਮ ਵਿੱਚ ਜੀ ਨਾ ਲੱਗਣਾ ਕਹਿ ਲਵੋ, ਇਹਦੇ ਬਹੁਤ ਸਾਰੇ ਵੱਖ ਵੱਖ ਤਰੀਕੇ ਹੋ ਸਕਦੇ ਹਨ। ਪਰ ਹਰ ਵਾਰੀ ਸਾਨੂੰ ਲੱਗਦਾ ਹੈ ਕਿ ਸਾਨੂੰ ਸਰੀਰਕ ਤੌਰ ਤੇ ਕੋਈ ਇਦਾਂ ਦੀ ਪ੍ਰੋਬਲਮ ਹੈਗੀ ਹੈ ਜਿਹਦੇ ਨਾਲ ਕਿ ਅਸੀਂ ਕੰਮ ਨਹੀਂ ਕਰ ਪਾ ਰਹੇ ਹਾਂ। ਸੋ ਇਸ ਕਰਕੇ ਜੇ ਤਾਂ ਥੋੜੀ ਬਹੁਤੀ ਹੁੰਦੀ ਹੈ ਤਾਂ ਇਹਨੂੰ ਤੁਸੀਂ ਆਰਾਮ ਨਾਲ ਅੱਖੋ ਪਰੋਖੇ ਕਰ ਸਕਦੇ ਹੋ। ਪਰ ਜੇ ਤੁਹਾਨੂੰ ਲੱਗ ਰਿਹਾ ਹੈ ਕਿ ਤੁਹਾਡਾ ਸਰੀਰ ਬੁਰੀ ਤਰ੍ਹਾਂ ਟੁੱਟਿਆ ਭੱਜਿਆ ਰਹਿੰਦਾ ਹੈ ਜਾਂ ਤੁਸੀਂ ਕੰਮ ਨਹੀਂ ਕਰ ਪਾ ਰਹੇ ਹੋ, ਸੋ ਇੱਥੇ ਤੁਹਾਨੂੰ ਹੁਣ ਥੋੜਾ ਜਿਹਾ ਗੰਭੀਰ ਹੋਣ ਦੀ ਲੋੜ ਹੈ। ਜਦੋਂ ਆਪਾਂ ਥਕਾਵਟ ਦੀ ਗੱਲ ਕਰਦੇ ਹਾਂ ਤਾਂ ਇਹ ਦੋ ਤਰ੍ਹਾਂ ਦੀ ਹੁੰਦੀ ਹੈ। ਪਹਿਲੀ ਹੁੰਦੀ ਹੈਗੀ ਹੈ ਸਰੀਰਕ ਤੌਰ ਤੇ ਸਾਨੂੰ ਜੋ ਥਕਾਵਟ ਹੈ, ਭਾਵ ਕਿ ਉੱਥੇ ਤੱਕ ਜਾਣਾ ਤੇ ਕੰਮ ਨੂੰ ਅਸਲ ਵਿੱਚ ਕਰਨਾ, ਪੌੜੀਆਂ ਚੜ੍ਹਨਾ, ਰਸੋਈ ਦੇ ਕੰਮ ਕਰਨੇ, ਝਾੜੂ ਲਾਉਣਾ, ਬਾਹਰ ਤੱਕ ਜਾਣਾ, ਕੋਈ ਵੀ ਇੱਦਾਂ ਦਾ ਕੰਮ ਹੋ ਸਕਦਾ ਹੈਗਾ, ਤੁਹਾਡਾ ਮਨ ਨਹੀਂ ਹੋ ਸਕਦਾ ਕਿ ਫਿਜ਼ੀਕਲੀ ਮੈਂ ਸਰੀਰਕ ਤੌਰ ਤੇ ਕੰਮ ਕਰਾਂ। ਜਦੋਂ ਅਸੀਂ ਮਾਨਸਿਕ ਤੌਰ ਤੇ ਗੱਲ ਕਰਦੇ ਹਾਂ ਉਹਦੇ ਵਿੱਚ ਸਾਡਾ ਜੀ ਨਹੀਂ ਲੱਗ ਰਿਹਾ ਹੁੰਦਾ ਉਸ ਕੰਮ ਵਿੱਚ, ਸਾਡੀ ਕੰਸਨਟ੍ਰੇਸ਼ਨ ਨਹੀਂ ਹੈ ਜਾਂ ਮੇਰਾ ਜੀ ਹੀ ਨਹੀਂ ਕਰ ਰਿਹਾ ਹੈਗਾ। ਮੈਂ ਜਾ ਕੇ ਕਰ ਸਕਦਾ ਹਾਂ, ਮੈਨੂੰ ਸਰੀਰਕ ਤੌਰ ਤੇ ਕੋਈ ਇਦਾਂ ਦੀ ਸਮੱਸਿਆ ਨਹੀਂ ਹੈ, ਪਰ ਮੇਰਾ ਆਪਣਾ ਜੀ ਹੀ ਨਹੀਂ ਹੈ ਕਿ ਮੈਂ ਉੱਥੇ ਜਾਵਾਂ ਤੇ ਮੈਨੂੰ ਇੱਕਦਮ ਡਿੱਗਿਆ ਰੱਖਿਆ ਜਾਂ ਮਹਿਸੂਸ ਹੋ ਰਿਹਾ ਹੈਗਾ। ਇਸ ਤੋਂ ਇਲਾਵਾ ਮਾਨਸਿਕ ਥਕਾਵਟ ਦੇ ਵਿੱਚ ਤੁਹਾਡਾ ਸੌਣ ਨੂੰ ਜੀ ਕਰੀ ਜਾਵੇਗਾ, ਤੁਹਾਨੂੰ ਉੱਠ ਬਹਿ ਕੇ ਅੱਖਾਂ ਖੋਲ੍ਹ ਕੇ ਰੱਖਣ ਨੂੰ ਜਾਂ ਇੱਕਦਮ ਜਾਗਦੇ ਰਹਿਣ ਨੂੰ ਤੁਹਾਨੂੰ ਪ੍ਰੋਬਲਮ ਮਹਿਸੂਸ ਹੋਵੇਗੀ। ਸੋ ਇੱਦਾਂ ਦੀਆਂ ਵੱਖ ਵੱਖ ਤਰੀਕੇ ਦੀਆਂ ਅਲੱਗ ਅਲੱਗ ਥਕਾਵਟਾਂ ਹੋ ਸਕਦੀਆਂ ਹਨ। ਸੋ ਪਹਿਲਾਂ ਤੁਹਾਨੂੰ ਇਹ ਵੇਖਣਾ ਹੈ ਕਿ ਤੁਹਾਡੀ ਥਕਾਵਟ ਕਿਸ ਤਰ੍ਹਾਂ ਦੀ ਹੈ। ਤੋਂ ਆਪਾਂ ਗੱਲ ਕੀਤੀ ਕਿ ਸਾਡਾ ਸੌਣ ਦਾ ਮਨ ਕਰੀ ਜਾਂਦਾ ਹੈ, ਸੋ ਇਹ ਤਾਂ ਨਹੀਂ ਹੈ ਕਿ ਕਿਤੇ ਉਨਿੰਦਰਾ ਹੈ ਜਿਹਨੂੰ ਅਸੀਂ ਥਕਾਵਟ ਸਮਝ ਰਹੇ ਹਾਂ। ਬਹੁਤ ਸਿੰਪਲ ਜਿਹਾ ਹੱਲ ਹੈਗਾ, ਤੁਸੀਂ ਦੋਵਾਂ ਦਾ ਅੰਤਰ ਇੱਦਾਂ ਵੇਖ ਸਕਦੇ ਹੋ ਕਿ ਜੇ ਤਾਂ ਤੁਸੀਂ ਕੁਝ ਰਾਤਾਂ ਦੇ ਸੁੱਤੇ ਨਹੀਂ ਹੋ ਜਾਂ ਤੁਹਾਡੀ ਨੀਂਦ ਚੰਗੀ ਤਰ੍ਹਾਂ ਨਹੀਂ ਆਈ ਹੈ, ਸੋ ਉਨਿੰਦਰਾ ਹੈਗਾ। ਪਰ ਜੇ ਇਹ ਚੀਜ਼ ਬਹੁਤ ਲੰਬੀ ਚੱਲੀ ਜਾ ਰਹੀ ਹੈ, ਤੁਸੀਂ ਨੀਂਦ ਵੀ ਭਰਪੂਰ ਲੈ ਰਹੇ ਹੋ ਫਿਰ ਵੀ ਤੁਹਾਡਾ ਸਰੀਰ ਟੁੱਟਿਆ ਭੱਜਿਆ ਹੈਗਾ, ਫਿਰ ਇਹ ਹੁਣ ਫਟੀਗ ਜਾਂ ਇਹ ਥਕਾਵਟ ਜਾਂ ਹੁਣ ਕਮਜ਼ੋਰੀ ਹੈਗੀ ਹੈ। ਹੁਣ ਗੱਲ ਕਰਦੇ ਹਾਂ ਇਹਦੇ ਕਾਰਨਾਂ ਦੀ। ਜੇ ਤਾਂ ਆਪਾਂ ਆਮ ਜਿਹੇ ਕਾਰਨਾਂ ਬਾਰੇ ਸੋਚੀਏ ਤਾਂ ਹੋ ਸਕਦਾ ਤੁਹਾਡਾ ਰਹਿਣਾ ਸਹਿਣਾ ਠੀਕ ਨਾ ਹੋਵੇ, ਤੁਸੀਂ ਸਹੀ ਤਰੀਕੇ ਨਾਲ ਰੋਟੀ ਨਾ ਖਾ ਰਹੇ ਹੋ, ਤੁਹਾਡਾ ਖਾਣ ਪੀਣ ਠੀਕ ਨਾ ਹੋਵੇ, ਜਾਂ ਇਸ ਤੋਂ ਇਲਾਵਾ ਤੁਹਾਨੂੰ ਕੋਈ ਆਫਿਸ ਵਿੱਚ ਜਾਂ ਘਰ ਵਿੱਚ ਕੋਈ ਪ੍ਰੋਬਲਮ ਹੋਵੇ, ਕੋਈ ਚਿੰਤਾ ਹੋਵੇ, ਜਾਂ ਕਿਸੇ ਤਰ੍ਹਾਂ ਦਾ ਕੋਈ ਦੁੱਖ ਹੋਵੇ ਜਿਹਦੇ ਕਰਕੇ ਜੀ ਨਹੀਂ ਲੱਗ ਰਿਹਾ, ਹੋ ਸਕਦਾ ਕਿਸੇ ਕੰਮ ਵਿੱਚ। ਇਸ ਤੋਂ ਇਲਾਵਾ ਸ਼ਰਾਬ ਦੀ ਸਮੱਸਿਆ ਹੈ, ਡਰੱਗਸ ਦੀ ਸਮੱਸਿਆ ਹੈਗੀ ਹੈ, ਜਾਂ ਇਸ ਤੋਂ ਇਲਾਵਾ ਕਈ ਇੱਦਾਂ ਦੀਆਂ ਮੈਡੀਸਿਨਸ ਹੁੰਦੀਆਂ ਹਨ, ਐਂਟੀਹਿਸਟਾਮਾਈਨਸ ਹੋ ਗਈਆਂ ਜਿਹਨਾਂ ਨਾਲ ਐਲਰਜੀ ਰੁਕਦੀ ਹੈਗੀ ਹੈ, ਜਾਂ ਟ੍ਰਿਗਰਸ ਰੁਕਦੇ ਹਨ, ਉਹਨਾਂ ਕਰਕੇ ਵੀ ਕਈ ਵਾਰੀ ਇਹ ਹੋ ਜਾਂਦਾ ਹੈ, ਜਾਂ ਇਸ ਤੋਂ ਇਲਾਵਾ ਤੁਹਾਨੂੰ ਵਿਟਾਮਿਨ ਦੀ ਕਮੀ ਹੋ ਸਕਦੀ ਹੈ, ਆਇਰਨ ਦੀ ਕਮੀ ਹੋ ਸਕਦੀ ਹੈ, ਜਾਂ ਫਿਰ ਜਿਹੜੀਆਂ ਲੇਡੀਜ਼ ਨੇ ਹੁਣੇ ਹੁਣੇ ਉਹ ਪ੍ਰੈਗਨੈਂਸੀ ਵਿੱਚੋਂ ਨਿਕਲੀਆਂ ਹਨ, ਹੁਣੇ ਹੁਣੇ ਬਰਥ ਦਿੱਤਾ ਹੈਗਾ, ਉਹਨਾਂ ਨੂੰ ਹੋ ਸਕਦਾ ਹੈ, ਜਾਂ ਕੁੜੀਆਂ ਨੂੰ ਆਮ ਤੌਰ 'ਤੇ ਪੀਰੀਅਡਸ ਦੇ ਨੇੜੇ ਤੇੜੇ ਇਹ ਸਮੱਸਿਆ ਆਉਂਦੀ ਹੈ। ਸੋ ਇਹ ਆਮ ਤਰ੍ਹਾਂ ਦੇ ਕਾਰਨ ਹਨ ਜਿਹੜੇ ਕਿ ਤੁਹਾਨੂੰ ਆਮ ਵੇਖਣ ਨੂੰ ਮਿਲਦੇ ਹਨ। ਜੇ ਆਪਾਂ ਡਾਕਟਰੀ ਕਾਰਨਾਂ ਦੀ ਗੱਲ ਕਰੀਏ ਤਾਂ ਹੋ ਸਕਦਾ ਹੈ ਕਿ ਖੂਨ ਦੀ ਕਮੀ ਹੋਵੇ, ਥਾਇਰੋਇਡ ਨਾਲ ਕੋਈ ਸਮੱਸਿਆ ਹੋਵੇ, ਸ਼ੂਗਰ ਹੋ ਸਕਦੀ ਹੈ, ਦਿਲ ਜਾਂ ਫੇਫੜੇ ਦੀਆਂ ਕੋਈ ਬਿਮਾਰੀਆਂ ਹੋ ਸਕਦੀਆਂ ਹਨ। ਆਪਣੇ ਆਪ ਵਿੱਚ ਸ਼ਾਇਦ ਕਮਜ਼ੋਰੀ ਉੱਡੀ ਵੱਡੀ ਸਮੱਸਿਆ ਜਾਂ
ਤੁਹਾਡੀ ਆਪਣੇ ਆਪ ਵਿੱਚ ਕੋਈ ਬਿਮਾਰੀ ਨਹੀਂ ਹੈ ਪਰ ਕਿਸੇ ਵੱਡੀ ਸਮੱਸਿਆ ਦਾ ਇਹ ਲੱਛਣ ਹੋ ਸਕਦੀ ਹੈ। ਸੋ ਹੁਣ ਤੁਸੀਂ ਵੇਖਣਾ ਹੈ ਕਿ ਤੁਹਾਡੀ ਜਿਹੜੀ ਕਮਜ਼ੋਰੀ ਹੈਗੀ ਹੈ ਕਿਸ ਤਰ੍ਹਾਂ ਦੀ ਕਮਜ਼ੋਰੀ ਹੈ। ਪਰ ਇੱਥੇ ਹੁਣ ਇੱਕ ਚੀਜ਼ ਦਾ ਹੋਰ ਧਿਆਨ ਰੱਖੋ, ਜਦੋਂ ਮੈਂ ਕਹਿੰਦੀ ਹਾਂ ਕਿ ਇਹ ਲੱਛਣ ਹੈ, ਸੋ ਜੇ ਕਿਸੇ ਨੂੰ ਦਿਲ ਦੀ ਬਿਮਾਰੀ ਹੈ ਸੋ ਇਕੱਲਾ ਇਹ ਤਾਂ ਨਹੀਂ ਕਿ ਉਹਨੂੰ ਥਕਾਵਟ ਹੋ ਗਈ ਸੋ ਇਸ ਕਰਕੇ ਦਿਲ ਦੀ ਬਿਮਾਰੀ ਹੈ, ਉੱਥੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਾਂ ਹੋਰ ਵੀ ਬਹੁਤ ਸਾਰੇ ਲੱਛਣ ਆਉਣਗੇ, ਜਿਹਨੂੰ ਕਿਸੇ ਨੂੰ ਦਿਲ ਦੀ ਬਿਮਾਰੀ ਹੈਗੀ ਹੈ ਉਹਨੂੰ ਹੋ ਸਕਦਾ ਸਾਹ ਲੈਣ ਵਿੱਚ ਪ੍ਰੋਬਲਮ ਆਵੇ, ਜਿਹਨੂੰ ਡਾਇਬਟੀਜ਼ ਜਾਂ ਸ਼ੂਗਰ ਹੈਗੀ ਹੈ, ਜੇ ਉਹਨੂੰ ਥਕਾਵਟ ਹੋ ਰਹੀ ਹੈ ਬਟ ਉਹਦੇ ਨਾਲ ਨਾਲ ਉਹਨੂੰ ਵਾਰ ਵਾਰ ਬਾਥਰੂਮ ਲਈ ਜਾਣਾ ਪੈ ਰਿਹਾ ਹੈਗਾ। ਸੋ ਇੱਦਾਂ ਦੇ ਵੱਖ ਵੱਖ ਤਰ੍ਹਾਂ ਦੇ ਹੋਰ ਕਾਰਨ ਹੁੰਦੇ ਹਨ ਜਿਹਨਾਂ ਨਾਲ ਅਸੀਂ ਇਹਨੂੰ ਵੀ ਵਿੱਚ ਇੱਕ ਜੋੜ ਕੇ ਇੱਕ ਵੱਡੀ ਬਿਮਾਰੀ ਵੱਲ ਜੇ ਇਸ਼ਾਰਾ ਕਰ ਰਹੇ ਹਨ, ਅਸੀਂ ਉਹਨੂੰ ਸਮਝ ਸਕਦੇ ਹਾਂ। ਹੁਣ ਗੱਲ ਕਰਦੇ ਹਾਂ ਇਹਦੇ ਲੱਛਣਾਂ ਦੀ, ਤਾਂ ਕਿ ਤੁਹਾਨੂੰ ਇਹ ਪਤਾ ਲੱਗੇ ਕਿ ਇਹ ਤੁਹਾਡਾ ਅਵੇਸਲਾਪਨ ਨਹੀਂ ਹੈ, ਤੁਹਾਡੇ ਸਰੀਰ ਵਿੱਚ ਸੱਚੀ ਥਕਾਵਟ ਜਾਂ ਕਮਜ਼ੋਰੀ ਹੈ। ਹੋ ਸਕਦਾ ਹੈ ਕਿ ਤੁਸੀਂ ਰਾਤ ਨੂੰ ਜਦੋਂ ਸੌਂ ਕੇ ਉੱਠਦੇ ਹੈਗੇ ਹੋ ਤਾਂ ਸਵੇਰੇ ਜਾਗਣ ਦਾ ਪਹਿਲੀ ਗੱਲ ਤੁਹਾਡਾ ਜੀ ਨਾ ਕਰੇ, ਦੂਸਰੀ ਗੱਲ ਕਿ ਜੇ ਤੁਸੀਂ ਜਾਗਦੇ ਵੀ ਹੋ ਤਾਂ ਉਹ ਸਫੂਰਤੀ ਤੁਹਾਡੇ ਅੰਦਰ ਨਹੀਂ ਹੈਗੀ, ਤੁਸੀਂ ਇੱਕਦਮ ਰਿਫਰੈਸ਼ ਨਹੀਂ ਉੱਠ ਰਹੇ ਹੋ। ਇਸ ਤੋਂ ਇਲਾਵਾ ਤੁਹਾਡੀ ਮਾਸਪੇਸ਼ੀਆਂ ਵਿੱਚ ਦਰਦ ਹੋ ਸਕਦਾ ਹੈ ਜਾਂ ਤੁਹਾਨੂੰ ਜੋੜਾਂ ਵਿੱਚ ਪੀੜ ਹੋ ਸਕਦੀ ਹੈ ਜਾਂ ਇਸ ਤੋਂ ਇਲਾਵਾ ਤੁਹਾਡਾ ਕਿਸੇ ਕੰਮ ਵਿੱਚ ਜੀ ਨਹੀਂ ਲੱਗਦਾ ਹੋ ਸਕਦਾ ਹੈ ਜਾਂ ਕੰਮ ਕਰਨ ਦਾ ਹੀ ਜੀ ਨਹੀਂ ਹੋ ਸਕਦਾ ਹੈ, ਸਿਰ ਪੀੜ ਹੋ ਸਕਦੀ ਹੈਗੀ ਆ ਜਾਂ ਇਸ ਤੋਂ ਇਲਾਵਾ ਤੁਹਾਨੂੰ ਇੱਕਦਮ ਊਰਜਾ ਦੀ ਕਮੀ ਜਿਹੜੀ ਹੋ ਸਕਦੀ ਹੈ ਉਹ ਲੱਗ ਸਕਦੀ ਹੈ। ਸੋ ਇੱਦਾਂ ਦੇ ਕਾਫੀ ਸਾਰੇ ਲੱਛਣ ਹੁੰਦੇ ਹਨ ਜਿਹਦੇ ਨਾਲ ਤੁਸੀਂ ਇਹ ਪਹਿਚਾਣ ਕਰ ਪਾਵੋਗੇ ਕਿ ਅਸਲ ਵਿੱਚ ਇਹ ਨਹੀਂ ਹੈ ਕਿ ਤੁਸੀਂ ਕੰਮ ਨਹੀਂ ਕਰ ਪਾ ਰਹੇ ਹੋ, ਤੁਹਾਡਾ ਸਰੀਰ ਵੀ ਤੁਹਾਨੂੰ ਕੰਮ ਨਹੀਂ ਕਰਨ ਦੇ ਰਿਹਾ ਹੈ। ਕਾਰਨਾਂ ਅਤੇ ਲੱਛਣਾਂ ਤੋਂ ਬਾਅਦ ਗੱਲ ਕਰਦੇ ਹਾਂ ਇਹਦੀ ਜਾਂਚ ਦੀ। ਕੁਝ ਤਾਂ ਗੱਲਾਂ ਦਾ ਧਿਆਨ ਤੁਸੀਂ ਘਰ ਰੱਖ ਸਕਦੇ ਹੋ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਕੋਈ ਵੱਡੀ ਬਿਮਾਰੀ ਇਕੱਲੀ ਨਹੀਂ ਆਵੇਗੀ, ਉਹਦੇ ਨਾਲ ਹੋਰ ਵੀ ਲੱਛਣ ਹੋਣਗੇ, ਸੋ ਤੁਸੀਂ ਉਹਨਾਂ ਦਾ ਧਿਆਨ ਵੀ ਰੱਖ ਸਕਦੇ ਹੋ। ਇਸ ਤੋਂ ਇਲਾਵਾ ਜਦੋਂ ਤੁਸੀਂ ਡਾਕਟਰ ਕੋਲ ਜਾਂਦੇ ਹੋ ਤਾਂ ਤੁਹਾਨੂੰ ਬਹੁਤ ਸਾਰੇ ਹੋਰ ਕੁਐਸਚਨ ਪੁੱਛ ਸਕਦਾ ਹੈ, ਸਵੇਰੇ ਜਾਗਦੇ ਹੋ ਕਿੱਦਾਂ ਦਾ ਲੱਗਦਾ ਹੈ, ਕੰਮ ਕਰਨ ਵੇਲੇ ਕਿੱਦਾਂ ਦਾ ਲੱਗਦਾ ਹੈਗਾ, ਤੁਹਾਡੇ ਮਨ ਵਿੱਚ ਕੀ ਆ ਰਿਹਾ ਹੈਗਾ, ਕੋਈ ਇੱਕ ਖਿਆਲ ਤਾਂ ਨਹੀਂ ਹੈ ਜਿਹੜਾ ਤੁਹਾਨੂੰ ਤੰਗ ਕਰ ਰਿਹਾ ਹੈਗਾ। ਸੋ ਬਹੁਤ ਸਾਰੀਆਂ ਚੀਜ਼ਾਂ ਹਨ, ਇਹ ਤੋਂ ਡਾਕਟਰ ਨੂੰ ਇਹ ਪਤਾ ਲੱਗਦਾ ਹੈ ਕਿ ਤੁਸੀਂ ਕਿਸੇ ਤਰੀਕੇ ਨਾਲ ਡਿਪਰੈਸ਼ਨ ਜਾਂ ਐਨਜਾਇਟੀ ਦੇ ਸ਼ਿਕਾਰ ਤਾਂ ਨਹੀਂ ਹੋ। ਇਸ ਤੋਂ ਇਲਾਵਾ ਡਾਕਟਰ ਇਹ ਵੇਖਦੇ ਹਨ ਕਿ ਤੁਹਾਡਾ ਭਾਰ ਤਾਂ ਨਹੀਂ ਘਟਿਆ ਹੈ, ਛਾਤੀ ਵਿੱਚ ਤਾਂ ਨਹੀਂ ਪੀੜ ਹੋ ਰਹੀ ਹੈ, ਜਾਂ ਜੇ ਤੁਹਾਨੂੰ ਸਿਰ ਦਰਦ ਹੋ ਰਿਹਾ ਹੈ ਉਹਦਾ ਕੋਈ ਹੋਰ ਕਾਰਨ ਤਾਂ ਨਹੀਂ ਹੈ, ਜਾਂ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਡਿਪਰੈਸ਼ਨ ਜਾਂ ਐਨਜਾਇਟੀ ਨਾਲ ਰਿਲੇਟਡ ਜਿਹੜੇ ਹੋਰ ਉਹਨਾਂ ਨੂੰ ਹੋਰ ਬਹੁਤ ਸਾਰੇ ਲੱਛਣ ਹੁੰਦੇ ਹਨ ਜੇ ਉਹ ਤੁਹਾਨੂੰ ਤੁਹਾਡੇ ਵਿੱਚ ਉਹਨਾਂ ਨੂੰ ਮਹਿਸੂਸ ਹੁੰਦੇ ਹਨ, ਸੋ ਉਹਦੇ ਨਾਲ ਰਿਲੇਟਡ ਤੁਹਾਨੂੰ ਬਹੁਤ ਸਾਰੇ ਕੁਐਸਚਨ ਪੁੱਛ ਸਕਦੇ ਹਨ ਅਤੇ ਉਸ ਅਕੋਰਡਿੰਗਲੀ ਫਿਰ ਉਹ ਤੁਹਾਨੂੰ ਕਿਸੇ ਅੱਗੇ ਟੈਸਟ ਲਈ ਭੇਜ ਸਕਦੇ ਹਨ। ਸ਼ੁਰੂਆਤੀ ਤੌਰ ਤੇ ਡਾਕਟਰ ਤੁਹਾਨੂੰ ਖੂਨ ਦੀ ਜਾਂਚ ਲਈ ਭੇਜ ਸਕਦੇ ਹਨ ਜਿਹਦੇ ਵਿੱਚ CBC, ਗਲੂਕੋਸ, ਇਸ ਤੋਂ ਇਲਾਵਾ ਕੋਈ ਕਮੀ ਤਾਂ ਨਹੀਂ ਹੈਗੀ ਕਿਸੇ ਤਰ੍ਹਾਂ ਦੀ ਵਿਟਾਮਿਨ ਦੀ ਕਮੀ, ਇਸ ਤੋਂ ਇਲਾਵਾ ਫੈਰਟਿਨ ਹੋ ਗਿਆ, ਜਾਂ ਇੱਥੋਂ ਤੱਕ ਕਿ ESR ਦੇ ਟੈਸਟ ਜਿਹੜੇ ਹਨ ਉਹ ਤੁਹਾਨੂੰ ਕਰਾ ਸਕਦੇ ਹਨ ਡਾਕਟਰ। ਜੇ ਡਾਕਟਰ ਨੂੰ ਲੱਗਦਾ ਹੈ ਕਿ ਹਜੇ ਉਹਨੂੰ ਹੋਰ ਪ੍ਰੋਬ ਕਰਨ ਦੀ ਲੋੜ ਹੈ, ਹੋਰ ਜਾਂਚ ਕਰਨ ਦੀ ਲੋੜ ਹੈ, ਫਿਰ ਹੋ ਸਕਦਾ ਹੈ ਡਾਕਟਰ ਤੁਹਾਨੂੰ ਅਲਟਰਾਸਾਊਂਡ, CT ਸਕੈਨ, ਐਕਸਰੇ ਜਾਂ ਹੋਰ ਕੋਈ ਇੱਦਾਂ ਦੇ ਟੈਸਟ ਲਈ ਵੀ ਭੇਜਣ। ਹੁਣ ਇੰਨੀਆਂ ਸਾਰੀਆਂ ਗੱਲਾਂ ਤੋਂ ਬਾਅਦ ਆਉਂਦੇ ਹਾਂ ਮੇਨ ਮੁੱਦੇ ਤੇ ਕਿ ਇਹਦਾ ਇਲਾਜ ਕੀ ਹੈ। ਜੇ ਤੁਸੀਂ ਡਾਕਟਰ ਕੋਲ ਜਾਂਦੇ ਹੋ ਅਤੇ ਜਾਂਚ ਕਰਾਉਂਦੇ ਹੋ, ਸੋ ਤੁਹਾਡੀਆਂ ਟੈਸਟ ਦੀਆਂ ਰਿਪੋਰਟਾਂ ਦੇ ਜੋ ਵੀ ਫਾਈਂਡਿੰਗਸ ਹੁੰਦੀਆਂ ਹਨ ਉਹਦੇ ਹਿਸਾਬ ਨਾਲ ਤੁਹਾਨੂੰ ਦਵਾਈ ਦੇ ਸਕਦੇ ਹਨ। ਹੋ ਸਕਦਾ ਵਿਟਾਮਿਨ ਦੀ ਕਮੀ ਹੋਵੇ, ਲਹੂ ਘੱਟ ਹੋਵੇ ਜਾਂ ਆਇਰਨ ਦੀ ਕਮੀ ਹੋਵੇ, ਜ਼ਿਆਦਾਤਰ ਇਹੀ ਕੇਸ ਹੁੰਦੇ ਹਨ, ਸੋ ਉਸ ਅਕੋਰਡਿੰਗਲੀ ਉਹ ਤੁਹਾਨੂੰ ਦੇ ਸਕਦੇ ਹਨ। ਜੇ ਉਹਨਾਂ ਨੂੰ ਕੋਈ ਹੋਰ ਪ੍ਰੋਬਲਮ ਲੱਗ ਰਹੀ ਹੈਗੀ ਹੈ ਤਾਂ ਜਿਵੇਂ ਮੈਂ ਪਹਿਲਾਂ ਕਿਹਾ ਕਿ ਉਹ ਹੋਰ ਕੋਈ ਤੁਹਾਨੂੰ ਟੈਸਟ ਦੱਸ ਸਕਦੇ ਹਨ ਜਾਂ ਤੁਹਾਨੂੰ ਉਹ ਦੱਸ ਸਕਦੇ ਹਨ ਕਿ ਤੁਸੀਂ ਹੋਰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈਗਾ। ਇਸ ਤੋਂ ਇਲਾਵਾ ਜੇ ਤੁਹਾਨੂੰ ਕੁਛ ਵੀ ਵੱਡਾ ਆਮ ਤੌਰ ਤੇ ਨਹੀਂ ਮਿਲਦਾ ਹੈ ਜਾਂ ਕੋਈ ਵੱਡੀ ਸਮੱਸਿਆ ਜਾਂ ਬਿਮਾਰੀ ਤੁਹਾਨੂੰ ਨਹੀਂ ਮਿਲ ਰਹੀ ਹੈਗੀ ਬਾਈ ਗੋਡਸ ਗ੍ਰੇਸ, ਸੋ ਫਿਰ ਤੁਸੀਂ ਇਹ ਕਰ ਸਕਦੇ ਹੋ ਕਿ ਕੁਝ ਗੱਲਾਂ ਦਾ ਹੋਰ ਧਿਆਨ ਰੱਖ ਕੇ ਤੁਸੀਂ ਵਾਪਸ ਉਹ ਊਰਜਾ ਆਪਣੇ ਸਰੀਰ ਵਿੱਚ ਜਿਹੜੀ ਹੈ ਵਾਪਸ ਲਿਆ ਸਕਦੇ ਹੋ। ਪਹਿਲੀ ਗੱਲ ਤਾਂ ਆਪਣੇ ਰਹਿਣ ਸਹਿਣ ਅਤੇ ਖਾਣ ਪੀਣ ਦਾ ਧਿਆਨ ਰੱਖੋ। ਜੇ ਕਈ ਵਾਰੀ ਸਾਨੂੰ ਆਦਤ ਹੀ ਪੈ ਚੁੱਕੀ ਹੁੰਦੀ ਹੈਗੀ ਹੈ ਕਿ ਅਸੀਂ ਨਾ ਸਵੇਰੇ ਲੇਟ ਉੱਠਦੇ ਹਾਂ, ਰਾਤ ਨੂੰ ਲੇਟ ਸੌਂਦੇ ਹਾਂ, ਸੋ ਉਹਦੇ ਨਾਲ ਵੈਸੇ ਹੀ ਸਰੀਰ ਜਿਹੜਾ ਥੱਕਿਆ ਟੁੱਟਿਆ ਜਿਹਾ ਰਹਿੰਦਾ। ਜੇ ਤੁਸੀਂ ਟਾਈਮ ਨਾਲ ਸੌਵੋਗੇ, ਟਾਈਮ ਨਾਲ ਉੱਠੋਗੇ, ਉਹਦਾ ਬਹੁਤ ਜ਼ਿਆਦਾ ਫਰਕ ਪਵੇਗਾ। ਦੂਜੀ ਗੱਲ ਆਈ ਤੁਹਾਡੇ ਖਾਣ ਪੀਣ
ਹੁੰਦੀ। ਸੋ ਜ਼ਿਆਦਾ ਮਿੱਠਾ, ਜ਼ਿਆਦਾ ਲੂਣ, ਇਹਨੂੰ ਬੰਦ ਕਰ ਦਿਓ। ਕੋਈ ਵੀ ਤਲੀਆਂ ਚੀਜ਼ਾਂ ਹੋ ਗਈਆਂ ਜਾਂ ਜਿੰਨਾ ਜੰਕ ਫੂਡ ਹੋ ਗਿਆ ਉਹਨਾਂ ਨੂੰ ਛੱਡ ਦਿਓ। ਜਿੰਨੀ ਹੋ ਸਕੇ ਕਸਰਤ ਕਰੋ, ਕਸਰਤ ਨਾਲ ਬਹੁਤ ਜ਼ਿਆਦਾ ਸਫੂਰਤੀ ਆਉਂਦੀ ਹੈਗੀ ਹੈ। ਅਤੇ ਹੌਲੀ ਹੌਲੀ ਕਰਦੇ ਜੇ ਰੱਬ ਨਾ ਕਰੇ ਕਿਸੇ ਨੂੰ ਸੱਚੀ ਡਿਪਰੈਸ਼ਨ ਜਾਂ ਐਂਜਾਇਟੀ ਵੀ ਹੈ, ਕਸਰਤ ਉਹਦਾ ਵੀ ਇਲਾਜ ਹੈਗਾ। ਸੋ ਤੁਸੀਂ ਥੋੜ੍ਹਾ ਬ੍ਰਿਸਕ ਵਾਕਿੰਗ ਲਈ ਜਾ ਸਕਦੇ ਹੋ, ਥੋੜ੍ਹੀ ਸਟ੍ਰੈਚਿੰਗ ਕਰ ਸਕਦੇ ਹੋ, ਤੁਸੀਂ ਯੋਗਾ ਕਰ ਸਕਦੇ ਹੈ। ਇਸ ਤੋਂ ਇਲਾਵਾ ਤੁਸੀਂ ਐਕਿਊਪ੍ਰੈਸ਼ਰ ਦੇ ਪੁਆਇੰਟਸ ਵੀ ਕੁੱਟ ਸਕਦੇ ਹੋ ਜੇ ਤੁਹਾਨੂੰ ਨਹੀਂ ਪਤਾ ਕਿਹੜੇ ਪੁਆਇੰਟ ਨੂੰ ਕੁੱਟਣਾ ਹੈਗਾ। ਸੋ ਹਰ ਪੁਆਇੰਟ ਨੂੰ, ਸਰੀਰ ਦੇ ਤੁਹਾਡੇ ਹੱਥਾਂ ਪੈਰਾਂ ਦੇ ਜਿਹੜਾ ਵੀ ਪੁਆਇੰਟ ਹੈਗਾ, ਹਰ ਪੁਆਇੰਟ ਨੂੰ ਤੁਸੀਂ ਤਕਰੀਬਨ 30 ਸਕਿੰਟ ਤੋਂ ਲੈ ਕੇ 1 ਮਿੰਟ ਤੱਕ ਦਿਨ ਵਿੱਚ 2 ਤੋਂ ਲੈ ਕੇ 3 ਵਾਰ ਕੁੱਟ ਸਕਦੇ ਹੋ। ਇਹ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਜੇ ਤੁਹਾਨੂੰ ਸਵੇਰੇ ਲੱਗਦਾ ਹੈਗਾ ਕਿ ਤੁਸੀਂ ਥੱਕੇ ਟੁੱਟੇ ਜੇ ਉੱਠ ਰਹੇ ਹੋ, ਸਵੇਰੇ ਉੱਠਦਿਆਂ ਸਾਰ ਆਪਣੇ ਹੱਥਾਂ ਨੂੰ ਕੁੱਟਣਾ ਸ਼ੁਰੂ ਕਰ ਦਿਓ। 15-20 ਮਿੰਟ ਦੇ ਵਿੱਚ ਤੁਸੀਂ ਇੱਕਦਮ ਵਾਪਸ ਊਰਜਾ ਨਾਲ ਭਰ ਜਾਓਗੇ। ਸੋ ਇਹ ਅਜ਼ਮਾਈ ਹੋਈ ਚੀਜ਼ ਹੈਗੀ ਹੈ, ਇਹਨੂੰ ਜ਼ਰੂਰ ਕਰਕੇ ਵੇਖਿਓ। ਇਸ ਤੋਂ ਇਲਾਵਾ ਜੇ ਤੁਹਾਨੂੰ ਸ਼ਰਾਬ ਪੀਣ ਦੀ ਆਦਤ ਹੈ ਤਾਂ ਉਹਦੇ ਉੱਤੇ ਕੰਟਰੋਲ ਕਰ ਲਵੋ, ਛੱਡ ਸਕਦੇ ਹੋ, ਬਹੁਤ ਵਧੀਆ ਹੈ। ਤੁਹਾਡੀ ਚਾਹ ਜਾਂ ਕੌਫੀ ਉਹਦੀ ਇਨਟੇਕ ਘਟਾ ਦਵੋ। ਅਤੇ ਅਖੀਰ ਵਿੱਚ ਜੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਮਿਲੀਆਂ ਹੋਈਆਂ ਨੇਮਤਾਂ ਉੱਤੇ ਜਿੰਨਾ ਜ਼ਿਆਦਾ ਉਹਨਾਂ ਦਾ ਮੁੱਲ ਪਾਉਣਾ ਸ਼ੁਰੂ ਕਰੋਗੇ ਨਾ, ਤੁਸੀਂ ਉਨਾ ਹੀ ਤੰਦਰੁਸਤੀ ਵੱਲ ਵਧੋਗੇ। ਸਾਨੂੰ ਜਿਹੜੀਆਂ ਆਮ ਚੀਜ਼ਾਂ ਮਿਲ ਜਾਂਦੀਆਂ ਨੇ ਨਾ, ਹੱਸਣਾ, ਮੁਸਕਰਾਉਣਾ, ਖੇਡਣਾ, ਜ਼ਿੰਦਗੀ ਜਿਉਣਾ, ਇਹਨਾਂ ਨੂੰ ਅਸੀਂ ਕਿਉਂਕਿ ਇਹ ਫ੍ਰੀ 'ਚ ਮਿਲ ਜਾਂਦੀਆਂ ਨੇ ਨਾ, ਅਸੀਂ ਇਹਨਾਂ ਦਾ ਮੁੱਲ ਨਹੀਂ ਪਾਉਂਦੇ ਹਾਂ। ਪਰ ਜੇ ਤੁਸੀਂ ਸੱਚੀ ਇਹਨਾਂ ਚੀਜ਼ਾਂ ਨੂੰ ਵਰਦਾਨ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹਿਣਾ ਸਿੱਖੋਗੇ ਅਤੇ ਦੂਜਿਆਂ ਨੂੰ ਖੁਸ਼ੀ ਦੇਣ ਦੀ ਕੋਸ਼ਿਸ਼ ਕਰੋਗੇ, ਤਾਂ ਇਹ ਜਿਹੜੀਆਂ ਛੋਟੀਆਂ ਮੋਟੀਆਂ ਕਮਜ਼ੋਰੀਆਂ ਹਨ, ਇਹ ਤਾਂ ਤੁਹਾਡੇ ਸਾਹਮਣੇ ਕਿਤੇ ਠਹਿਰ ਵੀ ਨਹੀਂ ਸਕਦੀਆਂ ਹਨ। ਸੋ ਅਖੀਰ ਵਿੱਚ ਬਸ ਇੰਨਾ ਹੀ ਕਹਾਂਗੀ ਕਿ ਦੂਰੋਂ ਜਦੋਂ ਕੋਈ ਸਾਨੂੰ ਵੇਖਦਾ ਹੈ, ਵੈਸੇ ਤਾਂ ਅਸੀਂ ਉਹਨੂੰ ਢੀਠ ਹੀ ਲੱਗਦੇ ਹੋਵਾਂਗੇ ਕਿ ਇਹ ਕੰਮ ਨਹੀਂ ਕਰਦੇ, ਪਰ ਕਈ ਵਾਰੀ ਇਹ ਵੀ ਹੋ ਸਕਦਾ ਹੈ ਕਿ ਪਰਿਵਾਰਕ ਮੈਂਬਰ ਜਾਂ ਸਾਡਾ ਕੋਈ ਦੋਸਤ ਮਿੱਤਰ ਸਾਡੀ ਇਸ ਕਮਜ਼ੋਰੀ ਨੂੰ ਸਾਡੇ ਤੋਂ ਪਹਿਲਾਂ ਪਛਾਣ ਲਵੇ। ਅਸੀਂ ਕਈ ਵਾਰੀ ਆਪਣੇ ਹਿਸਾਬ ਨਾਲ ਹੀ ਚੀਜ਼ਾਂ ਦੇ ਜੋ ਵੀ ਸਾਡੀ ਲਾਈਫ ਵਿੱਚ ਚੱਲ ਰਿਹਾ ਹੁੰਦਾ ਅਸੀਂ ਆਪਣੇ ਆਪ ਨੂੰ ਢਾਲ ਲੈਂਦੇ ਹਾਂ, ਪਰ ਉਹ ਦੂਰੋਂ ਨੋਟਿਸ ਕਰ ਸਕਦੇ ਹਨ ਜੇ ਅਸੀਂ ਕਮਜ਼ੋਰ ਹੋਏ ਹਾਂ ਜਾਂ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ 'ਚ ਥਕੇਵਾਂ ਹੁਣ ਜ਼ਿਆਦਾ ਹੋਣ ਲੱਗ ਗਿਆ ਹੈਗਾ। ਸੋ ਉਹ ਆਸਾਨੀ ਨਾਲ ਪਛਾਣ ਸਕਦੇ ਹਨ ਅਤੇ ਇਸ ਗੱਲ ਨੂੰ ਗੰਭੀਰਤਾ ਨਾਲ ਵੀ ਲੈਣਾ ਜ਼ਰੂਰੀ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਇੱਦਾਂ ਦੀ ਕੋਈ ਵੀ ਪ੍ਰੋਬਲਮ ਹੈ, ਡਾਕਟਰ ਕੋਲ ਜ਼ਰੂਰ ਜਾਵੋ। ਡਾਕਟਰੀ ਸਲਾਹ ਲੈਣੀ ਬਹੁਤ ਜ਼ਰੂਰੀ ਹੁੰਦੀ ਹੈਗੀ ਹੈ। ਇਸ ਤੋਂ ਇਲਾਵਾ ਜੇ ਮੈਂ ਤੁਹਾਨੂੰ ਕਿਹਾ ਨੈਚੁਰੋਪੈਥੀ ਅਤੇ ਯੋਗਾ ਦਾ, ਤਾਂ ਤੁਸੀਂ ਜਦੋਂ ਕਦੀ ਆਪਣਾ ਤੁਹਾਡਾ ਮਨ ਕਰੇ ਉਦੋਂ ਤੁਸੀਂ ਇਸਤੇਮਾਲ ਕਰ ਸਕਦੇ ਹੋ। ਪਰ ਇਸ ਤੋਂ ਇਲਾਵਾ ਮੈਂ ਹੋਰ ਵੀ ਗੱਲ ਕਹਿਣਾ ਚਾਹਾਂਗੀ ਕਿ ਜੇ ਤੁਸੀਂ ਪਰਿਵਾਰਕ ਮੈਂਬਰ ਹੋ, ਵੱਡੇ ਹੋ ਅਤੇ ਤੁਸੀਂ ਬੱਚਿਆਂ ਵਿੱਚ ਵੇਖ ਰਹੇ ਹੋ ਕਿ ਕਮਜ਼ੋਰੀ ਹੈ, ਥਕੇਵਾਂ, ਜਾਂ ਬੱਚਾ ਤੁਹਾਡਾ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਹੈ, ਉਹਦਾ ਮਨ ਨਹੀਂ ਲੱਗ ਰਿਹਾ ਹੈ, ਹਰ ਵਾਰੀ ਜ਼ਰੂਰੀ ਨਹੀਂ ਹੁੰਦਾ ਹੈ ਕਿ ਉਹਦਾ ਅਵੇਸਲਾਪਨ ਹੈਗਾ, ਕਈ ਵਾਰੀ ਉਹਨੂੰ ਸੱਚੀ ਤੁਹਾਡੀ ਲੋੜ ਹੁੰਦੀ ਹੈ। ਸੋ ਇਸ ਕਰਕੇ ਇੱਕ ਵਾਰੀ ਉਹਦਾ ਚੈੱਕਅਪ ਜ਼ਰੂਰ ਕਰਵਾਓ। ਸੋ ਬਸ ਇੰਨਾ ਕਹਿੰਦੇ ਹੋਏ ਅੱਜ ਦੀ ਵੀਡੀਓ ਨੂੰ ਖਤਮ ਕਰਾਂਗੀ। ਜੇ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੈ, ਇਹਨੂੰ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਮੈਂ ਮਿਲਾਂਗੀ ਤੁਹਾਨੂੰ ਮੇਰੀ ਅਗਲੀ ਵੀਡੀਓ ਦੇ ਵਿੱਚ। ਉਦੋਂ ਤੱਕ ਦੇ ਲਈ ਧੰਨਵਾਦ।